ਜੀ ਬਿਸਮਿਲ੍ਲਾ ਰਹਿਮਾਨ ਰਹੀਮ। ਜਿਤਨੇ ਵੀ ਸਾਡੇ ਭੈਣਾਂ ਭਰਾ ਤੱਕਣੇ ਲਏ ਜੀ, ਸੰਗੀ ਦੋਸਤ ਤੱਕਣੇ ਲਏ ਜੀ, ਬਜ਼ੁਰਗ ਤੱਕਣੇ ਲਏ ਜੀ, ਬੱਚੇ ਤੱਕਣੇ ਲਏ ਜੀ, ਔਰ ਜਿਸ ਕੰਟਰੀ 'ਚੋਂ ਤੱਕਣੇ ਲਏ ਜੀ, ਦੇਸੀ ਚੈਨਲ ਬ੍ਰੈਡ ਫੋਰ ਇੰਡੀਅਨ ਤਰਫੋਂ ਤੁਸਾਂ ਕੀ ਬਹੁਤ ਬਹੁਤ ਸਲਾਮ ਵਾਲੇਕਮ। ਇੱਕ ਪਿਆਰ ਨਾਲ, ਇੱਕ ਮੁਹੱਬਤ ਨਾਲ, ਔਰ ਇੱਕ ਸਪੋਰਟ ਨਾਲ ਮਕਬੂਜ਼ਾ ਕਸ਼ਮੀਰ ਸੁਕਿੰਨੀ, ਜੰਮੂ ਕਸ਼ਮੀਰ ਸੁਕਿੰਨੀ, ਪਾਕਿਸਤਾਨ ਸੁਕਿੰਨੀ, ਬਠਾਨ ਸਾਡੇ ਭੈਣਾਂ ਭਰਾ, UK, ਆਲ ਵਰਲਡ, ਜਿਸ ਕੰਟਰੀ ਸਾਡੇ ਭੈਣਾਂ ਭਰਾ ਰਹੇ ਨੇ, ਬਹੁਤ ਬਹੁਤ ਮਿਹਰਬਾਨੀ ਜਨਾਬ ਤੁਸਾਂ ਦੀ, ਬਹੁਤ ਬਹੁਤ ਸ਼ੁਕਰੀਆ। ਔਰ ਸਾਰਿਆਂ ਭੈਣਾਂ ਭਰਾ ਕੀ ਅੱਜ ਜੁਮਾ ਮੁਬਾਰਕ ਜੀ। ਜੀ ਬਿਸਮਿਲ੍ਲਾ ਰਹਿਮਾਨ ਰਹੀਮ। ਜਿਤਨੇ ਮਾੜੀ ਪਿਆਰੀਆਂ ਭੈਣਾਂ, ਪਿਆਰੇ ਭਰਾ, ਪਿਆਰੇ ਬਜ਼ੁਰਗ, ਪਿਆਰੇ ਬੱਚੀਆਂ ਬੱਚੇ, ਸਾਰਿਆਂ ਕੀ ਮਾੜੀ ਤਰਫੋਂ, ਮਾੜੀ ਪੂਰੀ ਫੈਮਿਲੀ ਤਰਫੋਂ ਬਹੁਤ ਬਹੁਤ ਸਲਾਮ ਅਲੈਕਮ। ਔਰ ਬਹੁਤ ਬਹੁਤ ਦਿਲੋਂ ਸ਼ੁਕਰੀਆ ਅਦਾ ਕਰਨਾ, ਇਤਨਾ ਪਿਆਰ ਨਾਲ, ਇਤਨਾ ਸਪੋਰਟ ਨਾਲ, ਸਾਡੇ ਦੇਸੀ ਚੈਨਲ ਬ੍ਰੈਡ ਫੋਰ ਕੀ ਸਬਸਕ੍ਰਾਈਬ ਕਰਨੇ ਨਾ, ਔਰ ਪਿਆਰੇ ਪਿਆਰੇ ਕਮੈਂਟ ਛੋੜਨੇ, ਔਰ ਇਤਨੇ ਜ਼ਿਆਦਾ ਸਾਰੇ ਸਪੋਰਟ ਕਰਨੇ ਨਾ। ਅੱਲਾ ਪਾਕ ਸਾਂ ਕਿ ਅੱਜ ਜੁੰਮੇ ਨਾ ਦਿਆਰਾ, ਸਾਰਿਆਂ ਕੀ ਬਹੁਤ ਬਹੁਤ ਜੁੰਮਾ ਮੁਬਾਰਕ ਹੈ। ਜੁੰਮੇ ਨਾ ਦਿਆਰਾ ਅੱਲਾ ਪਾਕ ਸਾਂ ਸਾਰਿਆਂ ਕੀ ਖੁਸ਼ ਰੱਖਿਆ, ਅੱਲਾ ਪਾਕ ਸਾਂ ਕਿ ਆਬਾਦ ਰੱਖਿਆ। ਜਿਤਨੇ ਮਾੜੀ ਬੱਚੀਆਂ ਬੱਚੇ, ਅੱਲਾ ਪਾਕ ਸਾਂ ਬਹੁਤ ਸਾਰੀ ਕਮਯਾਬੀਆਂ ਦਾ, ਅੱਲਾ ਪਾਕ ਸਾਂ ਸਿਰਫ ਜਿਤਨੀ ਸਖਤੀਆਂ, ਮੁਸੀਬਤਾਂ, ਪਰੇਸ਼ਾਨੀ ਅੱਲਾ ਪਾਕ ਦੂਰ ਕਰੇ, ਆਮੀਨ। ਬਿਲਕੁਲ ਜੀ, ਜੁੰਮੇ ਦੇ ਰੋਜ਼ ਸਾਰਿਆਂ ਭੈਣਾਂ ਭਰਾਵਾਂ ਵਾਸਤੇ ਅਸੀਂ ਦੁਆ ਕਰਨੇ, ਦੁਆ ਤਾਂ ਆ ਰੋਜ਼ ਹੀ ਕਰਨੇ ਕਿ ਅੱਲਾ ਪਾਕ ਨੇ ਸਾਰੇ ਦਿਨ ਹੋਣੇ, ਲੇਕਿਨ ਤੁਸਾਂ ਵਾਸਤੇ ਜੁੰਮੇ ਲਈ ਰੋਜ਼ ਦੁਆ ਕਰਨੀ। ਅੱਲਾ ਪਾਕ ਸਾਨੂੰ ਕੀ ਸਿਹਤ ਦੇ, ਅੱਲਾ ਪਾਕ ਸਾਨੂੰ ਸਾਰੀਆਂ ਦੁੱਖ ਮੁਸੀਬਤਾਂ, ਪਰੇਸ਼ਾਨੀਆਂ, ਬਿਮਾਰੀਆਂ ਦੂਰ ਕਰੇ। ਅੱਲਾ ਪਾਕ ਜੋ ਕਿ ਮੁਸੀਬਤ ਹੀ ਤੁਸਾਂ ਨੇ, ਅੱਲਾ ਪਾਕ ਦੂਰ ਕਰੇ, ਅੱਲਾ ਪਾਕ ਸਹੀ ਮਹਿਫੂਜ਼ ਰੱਖੇ। ਹੁਣ ਜੀ ਅਸੀਂ ਜਾ ਰਹੇ ਹਾਂ ਬਾਹਰ, ਅੱਜ ਤੱਕਣੀਆਂ ਕਿਹੜੀ ਵੀਡੀਓ ਬਣ ਸੀ, ਇਨਸ਼ਾਅੱਲਾ ਸਾਰੀਆਂ ਭੈਣਾਂ ਭਰਾਵਾਂ ਨਾਲ ਸ਼ੇਅਰ ਕਰ ਸਾਂ ਜਿਹੜੀ ਵੀ ਵੀਡੀਓ ਅਸਾਂ ਬਣਾਈ। ਅੱਛਾ ਜੀ, ਅੱਜ ਮੌਸਮ ਹੋਈ ਗਿਆ ਨੇ ਜੀ ਠੰਡਾ, ਸਰਦੀ ਵਾਲਾ ਮੌਸਮ, ਅੱਜ ਕਾਫੀ ਸਰਦੀ ਹੈ। ਕੱਲ ਤੱਕ ਕਿਤਨੀ ਗਰਮੀ ਸੀ, ਸਰਦੀ ਨਹੀਂ ਫੈਸ਼ਨ ਨਾ, ਕੀ ਹਾਲ ਹੈ। ਸਹੀ ਗੱਲ ਹੈ। ਚਲੋ ਜੀ ਅਸਾਂ ਹੁਣ ਜਾ ਰਹੇ ਹਾਂ ਜੀ ਵਿਮੀ ਚ ਜੀ, ਉੱਥੋਂ ਕਿਆ ਨਾ ਗੋਸ਼ਤ ਵਗੈਰਾ ਉਹਨਾਂ ਵਿਮੀ ਚ ਹੁੰਦਾ, ਜੋ ਕੋਈ ਤੁਸਾਂ ਨੇ ਦੇਲਾ ਮੇਕਅਪ ਤੁਸਾਂ ਕਾ ਖਾਸ ਵਾਜੇ, ਗੋਸ਼ਤ ਸਸਤਾ ਹੈ ਕੀ ਪਤਾ ਕੀ ਜੀ, ਆਣੇ ਗੋਸ਼ਤ ਖਾਇਆ ਕਰੋ, ਵਿਟਾਮਿਨ ਡੀ ਨਹੀਂ ਆ, ਸਹੀ ਹੈ, ਤਾਂ ਵਿਟਾਮਿਨ ਸੀ ਉਹ ਠੀਕ ਰਹਿਣੀ ਤੁਸਾਂ ਨੇ। ਹਾਂ ਸਹੀ ਗੱਲ, ਚਲ ਪਤਾ ਨਹੀਂ ਪੁਲਿਸ ਵਾਲੇ ਜਾ ਰਹੇ ਨੇ ਕਿਸਨੇ ਪਿੱਛੇ ਜਿਲੇ, ਮਾੜੇ ਪਿੱਛੇ ਲਈਏ ਵੀ ਜਾਂ ਕਿਸਨੇ ਪਿੱਛੇ ਲਈਏ। ਅੱਲਾ ਮਾਫੀ ਦੇ, ਅੱਲਾ ਪਾਕ ਸਾਰੇ ਹੀ ਹੈਰੀ ਮੇਰੀ ਰੱਖਿਆ ਜੀ। ਅਸਾਂ ਹੁਣ ਗ੍ਰੇਟ ਹੋਟਲ ਰੋਡ ਪਰ ਆ, ਤਾਂ ਹੁਣ ਜਾਸਾਂ ਪਹਿਲੋ ਕਬਰਸਤਾਨ, ਜਾਸਾਂ ਆਪਣੇ ਅੱਬੂ ਨੀ ਕਬਰ ਪਰ ਦੁਆ ਮੰਗਸਾਂ, ਔਰ ਜਿਤਨੇ ਵੀ ਇਸ ਦੁਨੀਆਂ ਪਰ ਚਲੇ ਗਏ ਸਾਰੇ ਬਜ਼ੁਰਗ ਬੱਚੇ, ਤਾਂ ਸਾਰੇ ਭੈਣਾਂ ਭਰਾ ਵਾਸਤੇ ਦੁਆ ਕਰਸਾਂ ਉੱਥੇ ਚਾਹੀਦਾ, ਤਾਂ ਫਿਰ ਇਨਸ਼ਾਅੱਲਾ ਅਸ਼ਨੇ ਵਿਸੌਦਾ ਕਿਨਸਾਂ। ਇਹ ਹੈ ਜੀ ਗ੍ਰੇਟ ਹੋਟਲ ਰੋਡ, ਗ੍ਰੇਟ ਹੋਟਲ ਰੋਡ। ਮਿਸਟਰ ਟੀ ਨੇ ਸ਼ਾਪ ਨੇ ਜਿਹਨੇ ਅਸਾਂ ਹੈਪੀ ਬਰਥਡੇ ਹੈ ਸਾ, ਮਿਸਟਰ ਟੀ ਸ਼ਾਪਸ ਠੀਕ ਹੋਵੇ, ਠੀਕ ਹੋਵੇ। ਇੱਥੇ ਸਾਸ਼ ਨੇ ਖਾਨਨ ਮਿਲਸ, ਇਹ ਹੈ ਜੀ ਕੈਨਨ ਮਿਲ, ਜਿੱਥੇ ਮਾਰਕੀਟ ਲਾਉਣੀ, ਬੜੇ ਬੜੇ ਦੂਰੋਂ ਬੰਦੇ ਅਸ਼ ਨੇ, ਇਹ ਨਾਲ ਹੀ ਬੁਣ ਲਾਉਣੀ ਸਾਈਡ ਪਰ, ਤੱਕੋ ਰਾਈਟ ਸਾਈਡ ਪਰ, ਅੱਜ ਬੰਦ ਹੋਈ ਵੀ, ਖਾਲੀ ਸੰਡੇ ਲੱਗਣੀ, ਹਾਂ ਸੰਡੇ। ਪਰ ਇਹ ਸ਼ਾਨਦਾਰ ਵਾਲੇ ਮਿਠਾਈ ਵਾਲੇ, ਇਹ ਸ਼ਾਨਦਾਰ ਵਾਲੇ ਨੇ ਜੀ, ਨਾਲ ਹੈ ਲਹੋਰੀ ਡਾਬਾ ਵੀ, ਲਹੋਰੀ ਡਾਬਾ ਵੀ, ਲਹੋਰੀ ਡਾਬਾ ਅੱਗੇ ਐ ਦੱਖ ਲੋਰੀ ਡਾਬਾ ਆ ਜੀ, ਇਹ ਪਹਿਲੇ ਲੋਰੀ ਡਾਬਾ ਵਾਲੇ ਜੀ।
ਜੀ ਭੈਣ ਭਰਾ ਕਬਰਸਤਾਨ ਆਏ ਵੀ ਹਾਂ ਜੁੰਮੇ ਨੇ ਦਿਨ ਆ ਤਾਂ ਅਸਾਂ ਆਇਆ ਚਲੋ ਜੁਲੀ ਦੀ ਦੁਆ ਮੰਗੀ ਜੁਲਾ ਪਿਆਰਿਆਂ ਵਾਸਤੇ ਜਿਹੜੇ ਜਿਹੜੇ ਪਿਆਰੇ ਇਸ ਦੁਨੀਆਂ ਪਰ ਚਲੇ ਗਏ ਅੱਲਾ ਪਾਕ ਜਿਹੜੇ ਉਹਨਾਂ ਦੇ ਪਿੱਛਾ ਮਾਂ ਪਿਓ ਰਹੇ ਨੇ ਭੈਣਾਂ ਭਰਾ ਰਹੇ ਨੇ ਅੱਲਾ ਪਾਕ ਉਹਨਾਂ 'ਚ ਬਹੁਤ ਸਾਰਾ ਸਬਰ ਅਤਾ ਆਮੀਨ ਬਿਲਕੁਲ ਅਪਰੀ ਸਾਈਡ ਪਰ ਵੀ ਅੱਜ ਕੋਈ ਜਨਾਜ਼ਾ ਹੈ ਅੱਜ ਫਿਰ ਜਿਹੜਾ ਹੈ ਨਾ ਅੱਲਾ ਹੈਰ ਹੀ ਕਰੇ ਜਿਹੜਾ ਨਾ ਜੀ ਮੈਂ ਆਪਣੀ ਅੱਬੂ ਨੂੰ ਕਬਰ ਭਰਾਈਆਂ ਦੁਆ ਮੰਗੀ ਇੱਥੇ ਹੀ ਸਾਰੇ ਆਪਣੇ ਹੋਰ ਰਿਸ਼ਤੇਦਾਰ ਚਾਰੇ ਦਫਨ ਹੋਏ ਵੇ ਤਾਂ ਅੱਲਾ ਪਾਕ ਸਾਰਿਆਂ ਕੀ ਜੰਨਤ 'ਤੇ ਜਗ੍ਹਾ ਦਾ ਫਰਮਾਇਆ ਅੱਲਾ ਪਾਕ ਉਹਨਾਂ ਨੂੰ ਕਬਰ 'ਚ ਰੋਸ਼ਨੀ ਦੇ ਅੱਲਾ ਪਾਕ ਉਹਨਾਂ ਨੇ ਕਬਰ ਜੰਨਤ ਨਾਲ ਬਾਗ ਬਣਾਇਆ ਆਮੀਨ ਔਰ ਜਿਤਨੇ ਵੀ ਸਾਰੇ ਬਜ਼ੁਰਗ ਬੱਚੇ ਭੈਣਾਂ ਭਰਾ ਜਿਹੜੇ ਦੁਨੀਆਂ 'ਚ ਚਲੇ ਗਏ ਅੱਲਾ ਪਾਕ ਉਹਨਾਂ ਸਾਰਿਆਂ ਕੀ ਜੰਨਤ 'ਤੇ ਜਗ੍ਹਾ ਦਾ ਫਰਮਾਇਆ ਸਾਰਿਆਂ ਨੇ ਮੁਸ਼ਕਲਾਂ ਆਸਾਨ ਹੋਣ ਆਮੀਨ ਸਮਾਮੀ ਰੱਬਿਲ ਆਲਮੀਨ ਟਮਾਟਰ ਦੀ ਪੇਟੀ ਕਿੰਨੀ ਜੀ 199 ਫੁੱਲ ਬਾਕਸ ਵੈਸੇ ਜੀ ਪਤਾ ਕਿਤਨੇ ਨਾ ਕੇ ਜੀ 279 ਕੇ ਜੀ ਇਹੀ ਗੱਲ ਤੇ ਬਲ ਕਰੀ ਪਣਿਆ ਪੂਰੀ ਪੇਟੀ ਹੈ ਜਾਂ ਵੈਸੇ ਹੀ ਹੈ ਹੈ 199 ਕੇ ਜੀ ਬਾਕਸ 999 ਆ ਤਾਂ ਹੀ ਮੈਂ ਆਖਿਆ ਨਾ ਪਤਾ ਨਾ ਮੰਨਸ ਬਹੁਤ ਜ਼ਿਆਦਾ ਕਮਜ਼ੋਰ ਹੈ ਟਾਈਮ ਮੈਂ ਸਹੀ ਪੜਿਆ ਇਹ ਮੈਂ ਰੌਂਗ ਤੁਸੀਂ ਪੜੀ ਦਿੰਦਾ ਸੋ ਨਾ ਰੌਂਗ ਨਾ ਦੱਸਿਆ ਆ ਪਿਆਜ਼ ਕਾ ਤਾਂ ਕਿਤਨੇ ਲੱਗਿਆ ਵਾ ਪਿਆਜ਼ ਇਸੀ ਪੁਰ ਕਾ ਕੀ ਪਿਆ ਬਨੇ ਜੀ 169 ਨਾ ਇਹ ਸਹੀ ਆ ਜੀ ਪਿਆਜ਼ 169 ਨਾ ਬੋਰਾ ਜੀ ਇਹ ਸਹੀ ਆ ਆਫਰ ਆਪਰਾ ਬਿਲਕੁਲ ਟਰਾਲੀ ਕੱਢੀ ਜਾਂਦਾ ਫਿਰ ਚੌਂ ਸੌਦੇ ਆ ਅੱਛਾ ਹੁਣ ਪਿਆਜ਼ ਜੀ ਬੜਾ ਮੋਟਾ ਹੋਈ ਆ ਪਿਆਜ਼ ਹੈ ਜੀ ਇਹ ਲੈਵਨ ਜੀ ਗਰਮਾ ਇਸ ਕੀ ਆਨੇ ਗਰਮਾ 399 ਗਰਮਾ ਲਗਾ ਵਾ ਜੀ ਇਹ ਬੜਾ ਮਿੱਠਾ ਹੋਣਾ ਨੇ ਇਹ ਜਿਹੜੀ ਜਿਹੜੀ ਖਖੜੀ ਹੈ ਨਾ ਇਸਨੇ ਨਾਲ ਇਸ ਨਾਲ ਜ਼ਿਆਦਾ ਟੇਸਟ ਹੋਣਾ ਗਰਮਾ ਮਿਸ਼ਰ ਖਖੜੀ ਨਾਲ ਪਰਾਇਆ ਨਾ 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 ਇਹ ਡਿਫਰੈਂਟ ਹੋਣਾ ਇਹ ਬੜੀ ਅੱਛੀ ਚੀਜ਼ ਹੈ ਚਾਹੀਏ ਨਿਕ ਜੋਲਨੀ ਇਹ ਇਹ ਜਿਹੜਾ ਜੀ 65 PKG ਆ ਪਰ ਬੜੇ ਬਹੁਤ ਕੋ ਟੂ ਬਿਗ ਟੂ ਬਿਗ ਹੈ ਸਿਫਟ 65 ਪੀ ਨਾ ਕੇਜੀ 65 ਪੀਕੇਜੀ ਫਿਰ ਸਸਤਾ ਆ ਅੱਛਾ ਇਹ ਦੋਨਾਂ ਨਾਲ ਸਸਤੇ ਨੇ ਜੀ ਠੀਕ ਹੈ ਜੀ ਇਹ ਜਿਹੜਾ ਜੀ 499 ਦਾ ਪੂਰਾ ਜਿਹੜਾ ਬੜਾ ਇਹ 599 ਹੈ ਜੀ ਇਹ ਜਿਹੜਾ ਆ ਆਇਨ ਬਰੂ ਡਰਿੰਕ ਲਗਾ ਵਨੇ ਜੀ 699 ਪਰ ਇਹਨਾਂ ਨਹੀਂ ਇਸ ਡਰਿੰਕਾਂ ਨਹੀਂ ਐਸਾ ਕੋਈ ਪ੍ਰਾਈਸ ਨਹੀਂ ਹੈ ਜੀ ਸਾਈਡ ਪਰ ਲਿਖਿਆ ਵਾ ਜੀ 1049 ਇਹ ਡਰਿੰਕ ਆ ਜੀ 1049 ਸੇਮ ਹੀ ਉਸੀ ਫਿਰ ਬਾਹਰ ਅੱਛਾ ਸਪੈਸ਼ਲ ਆਫਰ ਲਾਈ ਨੇ ਜੀ 699
ਤਾਜ਼ੀ ਸਬਜ਼ੀ ਜੀ ਪਾਉਂਡਾ ਨਾ ਪੂਦਨਾ ਤੱਕੋ ਮਾਸ਼ਾਅੱਲਾ। ਸਾਗ ਜੀ ਸਰੀਆਂ ਦਾ ਸਾਗ ਪਾਉਂਡ ਨੇ ਦੋ, ਇਸੇ ਤਰ੍ਹਾਂ ਪਾਲਕ ਨਾਲ ਸਾਗ ਪਾਉਂਡ ਨੇ ਦੋ ਜੀ। ਜੀ ਇੱਧਰ ਅੰਗੂਰ ਵੀ ਲਏ ਵੇ 539 ਪੂਰਾ ਬਕਸ ਹੈ ਜੀ। ਜੀ ਅਸਲਾਮ ਵਾਲੇਕਮ, ਕਿਆ ਹਾਲ ਭਾਈ ਜਾਨ, ਠੀਕ ਠਾਕ ਹੋ? ਸਿਹਤ ਵੀ ਠੀਕ ਹੈ ਨਾ? ਸਭ ਠੀਕ ਠਾਕ। ਅਸਾਂ ਅੱਜ ਫਿਰ ਚੱਕਰ ਲਗਾ ਜੀ ਵਿਮੀ 'ਚ, ਕਿ ਹਮੇਸ਼ਾ ਹੀ ਤੁਸੀਂ ਪਤਾ ਇੱਧਰ ਅਛਨੇ ਰਹਿਣੀਆਂ ਨਾ। ਥੈਂਕ ਯੂ ਬਹੁਤ ਬਹੁਤ। ਤਾਂ ਮਾਸ਼ਾਅੱਲਾ ਬਹੁਤ ਸਾਰੀ ਸੁੰਗਲ ਆਫਰ ਲੱਗੀ ਵੀ ਹੈ ਜੀ, ਤਾਂ ਛੀਆਂ ਛੀਆਂ ਚੀਜ਼ਾਂ ਸਸਤੀਆਂ ਵੀ, ਤਾਂ ਅਸਾਂ ਭੈਣਾ ਭਰਾਂਗੇ ਦੱਸਣੀ ਆ। ਅੰਟੇ ਕਿਤਨੀਆਂ ਨੇ? 349 ਨੇ ਐਗ ਜੀ ਮਾਸ਼ਾਅੱਲਾ, ਤਾਂ ਕੁਝ ਬੜੀ ਜ਼ਬਰਦਸਤ। ਇੱਧਰ ਦਾਲੀ ਸ਼ਾਲੀ ਵੀ ਕਾਫੀ ਲਈਆਂ ਵੀ ਤੁਸੀਂ? ਚਾਰ ਲਾਈਆਂ, 10 ਪਾਉਂਡ ਵਾਲੀਆਂ। ਚਾਰ ਦਾਲੀ 10 ਪਾਉਂਡ ਵਾਲੀਆਂ, ਵਾਹ ਜੀ ਵਾਹ। ਤੱਕੋ ਚਨੇ, ਚਨੇ ਲਏ ਵੀ, ਮਸੂਰ ਦੀ ਦਾਲ ਇੱਧਰ ਲੱਗੀ ਵੀ, ਤੱਕੋ ਜੀ ਚਨੇ ਦੀ ਦਾਲ ਵੀ ਨਾਲ ਲੱਗੀ ਵੀ ਜੀ। ਇੱਧਰ ਮਸਾਲੇ ਵਗੈਰਾ ਲੱਗੇ ਜੀ? ਇੱਧਰ ਮਸਾਲੇ ਕਿਹੜੇ ਕਿਹੜੇ ਦੱਸੋ ਭਾਈ ਜਨ? ਮਸਾਲੇ ਤੇ ਹਲਦੀ ਪਾਊਡਰ ਵੀ ਆਇਆ ਜੀ ਜੀ, ਤੇ ਧਨੀਆ ਪਾਊਡਰ, ਧਨੀਆ ਵੀ ਆਇਆ। ਅੱਛਾ, ਤੇ ਹੋਰ ਤੰਦੂਰੀ ਮਸਾਲਾ, ਗਰਮ ਮਸਾਲਾ, ਠੀਕ ਹੈ, ਸਾਰੀ ਲੱਗੀ ਹੈ। ਅੱਛਾ ਮਾਸ਼ਾਅੱਲਾ ਜੀ, 450 ਨੇ ਤੰਦੂਰੀ ਮਸਾਲਾ ਜੀ? ਜੀ 450 ਨੇ ਦੋ ਪਾਕਟ ਹੈ ਜੀ। ਇਸੇ ਤਰ੍ਹਾਂ ਤੱਕੋ ਅਗਲੇ ਮਸਾਲੇ। ਅੱਛਾ ਜੀ, ਇਹ ਕਿਹੜਾ ਹੈ? ਤੰਦੇਲ ਹੈ, ਸੁੱਕਾ ਧਨੀਆ, ਇਹ ਤੇ ਗਰਮ ਮਸਾਲਾ, ਸੁੱਕਾ ਧਨੀਆ ਉਹ ਐਂਡ ਪਰ ਤ੍ਰੈ ਪਾਕਟ ਬਦਾਮ, ਦੇਸੀ ਬਦਾਮ, ਸਰਦੀਆਂ ਜੀ ਤੁਸੀਂ ਪਤਾ ਇਹ ਚੀਜ਼ਾਂ ਚਾਹੀਦੀਆਂ ਹੋਣੀਆਂ। ਪਿਸਤਾ ਵੀ ਲਗਾਓ ਜੀ, ਜਾਂ 14 ਪਾਉਂਡ 2 ਪਾਕਟ। ਅੱਛਾ ਥੂਮ ਲੱਭਾ ਜੀ? ਬੜਾ ਮੋਟਾ ਥੂਮ ਆ, ਬਿਲਕੁਲ ਜ਼ਹਿਰ ਗਾਲੀ। ਤਾਜ਼ੇ ਕਰੇਲੇ ਲਏ ਵੇ ਜੀ, ਕਰੇਲੇ ਦੱਸਣੇ ਜੀ ਕਿਤਨੇ? ਟਰਾਲੀ ਮੂਵ ਕਰੋ, 199 ਨੇ ਕਿਲੋ ਕਰੇਲੇ ਜੀ, ਮਾਸ਼ਾਅੱਲਾ ਤਾਜ਼ੇ ਫਰੈਸ਼ ਕਰੇਲੇ। ਕਿਆ ਪਾਉਣੀ ਅੱਜ? ਉਹ ਚਿੱਟਾ ਪਿਆਜ਼ ਨਹੀਂ ਮੈਂ ਪਸੰਦ ਕਰਦਾ। ਅੱਛਾ ਜੀ, ਇਹ ਘਿਓ ਤੋਰੀ ਲਈ ਜੀ 349, ਇੱਧਰ ਭਿੰਡੀਆਂ ਲਈਆਂ ਜੀ 389 ਕਿਲੋ, ਔਰ ਬਿਲਕੁਲ ਤਾਜ਼ੀਆਂ ਭਿੰਡੀਆਂ, ਯਕੀਨ ਕਰੋ ਸਹੀ ਫਰੈਸ਼ ਮਾਸ਼ਾਅੱਲਾ ਬਿਲਕੁਲ। ਘਿਓ ਤੋਰੀ ਜੀ 199 ਇੱਧਰ ਲਈ ਵੀ, ਬੈਂਗਣ ਲਏ ਵੇ ਜੀ 399 ਇੱਧਰ ਜੀ ਤੱਕੋ, ਅਤੇ ਇਹ ਛੋਟੇ ਬੈਂਗਣ ਵੀ ਥੇ ਜੀ ਤੱਕੋ ਜਿਹੜਾ ਨਾ 399 ਨੇ, ਅਤੇ ਇਹ ਦੇਖੇ ਜੀ ਕੱਦੂ 499 ਨੇ, ਗੋਭੀ ਹੈ ਜੀ 149 ਨੀ, ਟਮਾਟਰ ਹੈ ਜੀ 199 ਨੇ ਕੇ ਜੀ, ਉਸ ਤੋਂ ਇਲਾਵਾ ਜੀ ਇਹ ਵੀ ਕੱਦੂ ਮੇ ਜੀ, ਸ਼ਿਮਲਾ ਮਿਰਚ 249 ਨੀ ਜੀ। ਇਸੇ ਤਰ੍ਹਾਂ ਸਲੂਣੀਆਂ, ਇਹ ਤੱਕੋ ਜੀ ਬੂੰਦੀ ਬੂੰਦੀ ਬੂੰਦੀ। ਅੱਛਾ ਜੀ 129 ਛੋਲੇ ਜੀ, ਬੜੇ ਜ਼ਬਰਦਸਤ। ਇਹ ਮਕਈ ਨੇ ਦਾਣੇ ਭੁੱਜੇ ਵੀ ਜਿਹੜੇ ਹੋਣੇ ਜੀ। ਅੱਛਾ, ਇਹ ਵੀ ਬੜੇ ਨਾਇਸ ਹੋਣੇ ਨੇ ਜੀ। ਅਤੇ ਇਹ ਤੱਕੋ ਜੀ ਸਲੂਣੀਆਂ ਇੱਧਰ ਵੀ ਲਈਆਂ ਹੋਈਆਂ, ਬੂੰਦੀ ਜਿਸ ਕੀ ਅਸਾਂ ਆਉਂਦੇ ਹਾਂ, ਕਾਫੀ ਕਿਸਮ ਨੇ ਨਕਲ ਜਿਹੜਾ ਨਾ ਸਲੂਣੀਆਂ ਹੀ ਆ, ਉਹ ਤਕਰੀਬਨ ਸੇਮ ਪ੍ਰਾਈਸ ਸੀ ਸਾਰੇ ਹੋਣੀ ਤੱਕੋ।
ਕਹਿ ਲੋ ਨੇ ਰਾਜਾ ਸਮੋਸਾ ਚਿਕਨ ਮੀਟ ਵਾਲੇ ਕਿਤਨੇ ਨੇ ਸਮੋਸੇ ਪ੍ਰਾਈਸ ਕੋਣ ਲਿਖੀ ਹੈ ਅਪਰਨਾਂ ਲਿਖੀ ਹੈ ਅੱਛਾ ਜੀ ਇਹ ਜੀ ਕਾਲੇ ਚਨੇ ਪਾਮਚ ਸੇ ਕੋਈ ਪ੍ਰਾਈਸ ਨਹੀਂ ਪ੍ਰਾਈਸ ਕੋਣ ਨਹੀਂ ਠੀਕ ਹੈ ਔਰ ਚਨੇ ਜੋਲਨੇ ਥੇ ਸੇ ਇਹ ਨਿੰਮਕ ਵਾਲੇ ਇਹ ਇੱਕ ਪਾਕਟ ਮਾੜੇ ਤੇ ਜੋਲੋ ਅੱਛਾ ਜੀ ਇਹ ਚਨਾ ਮੁਰਗ ਦਾਲ ਹੈ ਯਕੀਨ ਕਰੋ ਪਾਕਿਸਤਾਨ ਵਿੱਚ ਨਹੀਂ ਬੜੀ ਮਸ਼ਹੂਰ ਹੋਣੀ ਸੀ ਅੱਛਾ ਚਨਾ ਮੁਰਗ ਦਾਲ ਬੜੀ ਬੜੀ ਅਸੀਂ ਯਕੀਨ ਕਰੋ ਹਾਂ ਮਾਸ਼ਲੇ ਬੜੀ ਟੇਸਟੀ ਹੋਣੀ ਬੜੀ ਟੇਸਟੀ ਹੋਣੀ ਚਨਾ ਮੁਰਗ ਦਾਲ ਖਾਸੋ ਚਲੋ ਚਾਹੀ ਕਿੰਨੀ ਹੈ ਜੀ ਆਖਣੀ ਹੈ ਤੋਂ ਅੱਛਾ ਜੀ ਭਾਈ ਹੋਰਾਂ ਸਾਡੇ ਬਣਾ ਰਹੇ ਬਣਾਈ ਸਾਡੀ ਚਾਹ ਸਾਡੇ ਪ੍ਰਾਂ ਸਾਰੇ ਵਾਸਤੇ ਬਣਵਾਈ ਚਾਹ ਸ਼ੁਕਰ ਹੈ ਇਹਨਾਂ ਨੂੰ ਬਹੁਤ ਮਿਹਰਬਾਨੀ ਇਹਨਾਂ ਦੀ ਹੈ ਤਾਂ ਅਸਾਂ ਹੈ ਪਹਿਲੇ ਤੋਂ ਵੀਡੀਓ ਬਣਾ ਕੇ ਅਸਾਂ ਸ਼ਨੇ ਆ ਅੱਛਾ ਜੀ ਤਾਂ ਕੋਈ ਇਸੇ ਤਰ੍ਹਾਂ ਜੀ ਦੁੱਧ ਦੀ ਪ੍ਰਾਈਸ ਦੁੱਧ ਆ ਜੀ 135 ਗੈਲਨ ਤਾਂ ਇਸੇ ਤਰ੍ਹਾਂ ਦਹੀਂ ਹੈ ਜੀ 99 ਪੀ ਠੀਕ ਹੈ ਨਾ ਇਸੇ ਤਰ੍ਹਾਂ ਬੜੀਆਂ ਇਹ ਜਿਹੜੀਆਂ ਡੱਬੀਆਂ ਹੋਈਆਂ ਜੀ 149 ਹੋਈਆਂ ਜੀ ਔਰ ਸਪੈਸ਼ਲ ਜਿਹੜੇ ਰੈਸਟੋਰੈਂਟ ਵਾਸਤੇ ਜੀ ਰੈਸਟੋਰੈਂਟ ਵਾਸਤੇ ਜੀ ਜਨਾਬੇ ਜੀ ਇਹ ਬੜੀਆਂ ਬਾਲਟੀਆਂ 999 ਇਹ ਸਮਝੋ 10 ਪਾਉਂਡ ਔਰ 599 ਹੈਗੀਆਂ ਸਪੈਸ਼ਲ ਰੈਸਟੋਰੈਂਟ ਵਾਲੀਆਂ ਬਣ ਰਹੀਆਂ ਸਪੈਸ਼ਲ ਆਫਰਸ ਲੱਗੀਆਂ ਮੀਆਂ ਤਾਂ ਹਮ ਤੇਰੇ ਬਟਰ ਵਗੈਰਾ ਵੀ ਨਾਲ ਕਾਫੀ ਲਗਾ ਬਜ ਜਿਹੜਾ ਹੈ 1699 ਪੂਰਾ ਬਾਕਸ ਹੈ ਹਲੇ ਚਲੋ ਛੋੜ ਭਾਈ ਔਰ ਚਾਹ ਗੱਡੀ ਕਨੇ ਜੀ ਜੀ ਅਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਸਾਹਿਬ ਕੀ ਹਾਲ ਹੈ ਠੀਕ ਹੋ ਬਿਸਮਿਲ੍ਲਾਹ ਠੀਕ ਹੈ ਸਭ ਜੀ ਅਲਹਮਦੁਲਿਲਾ ਸ਼ੁਕਰ ਹੈ ਸਰਾਤ ਹੈ ਅਲਹਮਦੁਲਿਲਾ ਸਸਰੋ ਅਲਹਮਦੁਲਿਲਾ ਅੱਛਾ ਮਾਸ਼ਾਅੱਲਾ ਜੀ ਇਹ ਤਾਂ ਕੋਈ ਇੱਥੇ ਤੱਕ ਕੀ ਸਿਰੀ ਵੀ ਲੱਭ ਸੀ ਅੱਛਾ ਮਾਸ਼ਾਅੱਲਾ ਸਿਰੀ ਪਾਏ ਵੀ ਲੱਭ ਸੀ ਤਾਂ ਮਾਸ਼ਾਅੱਲਾ ਤਾਂ ਅੱਛਾ ਲੇਮ ਨੇ ਆ ਠੀਕ ਹੈ ਜੀ ਸਰ ਲੈਮ ਸ਼ੀਪ ਕੇ ਅੱਛਾ ਲੇਮ ਤੇ ਸ਼ੀਪ ਨੇ ਜੀ ਤੇ ਬੜੇ ਪਾਏ ਵੀ ਨਾ ਕੋਲ ਥੇ ਅੱਛਾ ਭਾਈ ਜਨ ਸਿਰੀ ਕਿਤਨੇ ਨੇ 5 ਪਾਉਂਡ ਅੱਛਾ ਸਿਰੀ 5 ਪਾਉਂਡ ਜੀ ਹੈ ਜੀ ਬੜੇ ਪਾਏ 3 12 ਪਾਉਂਡ ਦਾ ਨਿਕਲੇ ਜੀ ਅੱਛਾ ਜੀ ਉਹ ਜਿਹੜੀ 299 ਕਿਲੋ ਸਾਫ ਸੁਥਰੀ ਹੋਰ ਕਿਆ ਚਾਹੀਦਾ ਜਨਾਬ ਨਾਲੋ ਨਾਲ ਦੱਸਣੀ ਚਾਹੀਦਾ 3 ਕਿਲੋ ਮਾਸ਼ਾਅੱਲਾ 3 ਕਿਲੋ ਤੁਸੀਂ 18 ਪਾਉਂਡ ਕਰੇ ਲਬਸੀ ਲੱਭਣਾ ਹੀ ਬੋਨਲੈਸ ਹੈ ਜੀ ਬੋਨਸ ਕੁਸਾ ਸ਼ਾਪ ਉਪਰ ਨਹੀਂ ਮਾਸ਼ਾਅੱਲਾ ਇਹਨਾਂ ਕੋਲ ਲਬਸੀ ਵੀ ਮਿਲ ਜਨਾਬ ਮਿਕਸ ਮਟਨ ਜੀ 3 ਕਿਲੋ 20 ਪਾਉਂਡ ਦਾ ਮਾਸ਼ਾਅੱਲਾ ਮਿਕਸ ਮਟਨ 30 ਕਿਲੋ 20 ਪਾਉਂਡ ਜੀ 20 ਜੀ 3 ਕਿਲੋ 20 ਪਾਉਂਡ ਵਾਹ ਜੀ ਵਾਹ ਇਸ ਕੀ ਆਖਣੇ ਜੀ ਆਫਰ ਅੱਛਾ ਜੀ ਅੱਗੇ ਜੀ ਮੈਂ ਸਾਡੇ ਮੇਨ ਬੂਚਰ ਨੇ ਅੱਛਾ ਜੀ ਮਿਕਸ ਲੇਮ ਜੀ 2 ਕਿਲੋ 16 ਪਾਉਂਡ 2 ਕਿਲੋ 16 ਪਾਉਂਡ ਨਾ ਮਿਕਸ ਲੇਮ ਕੁਰਿਓ ਤੁਸੀਂ ਕਦੇ ਨਹੀਂ ਮਿਲਣਾ ਅੱਛਾ ਜੀ ਇਹ ਜਿਹੜਾ ਲੇਮ ਆ ਜੀ ਮਾਸ਼ਾਅੱਲਾ
ਚਿਕਨ ਕੀਮਾ ਗਿਆ ਹੀ ਹੈ ਜੀ, ਅੱਛਾ 2 ਕਿਲੋ ਚਿਕਨ ਕੀਮਾ 10 ਪਾਉਂਡ ਮਾਸ਼ਾਅੱਲਾ ਉਸਾ ਜਗਨੀ ਮਿਲਣਾ ਜੀ, ਸਹੀ ਗੱਲ ਹੈ, ਇਹ ਖਾਲੀ ਤੋਂ ਕਿ ਇਥੋਂ ਹੀ ਮਿਲਦੀ ਸੀ 20 ਮੀ ਚੋਂ। ਅੱਗਾ ਜੀ ਵਿੰਗਸ ਆਈ ਗਏ ਕਿਤਨੀ ਉਹਨੇ ਜਨਾਬ ਅਲੀ 3 ਕਿਲੋ 10 ਪਾਉਂਡ 3 ਕਿਲੋ 10 ਪਾਉਂਡ ਨੇ ਵਿੰਗ ਅੱਗਾ ਦੱਸ ਦਿਓ ਜੀ, ਮੈਂ ਦੱਸਣੀ ਜਨੀ 4 ਕਿਲੋ 10 ਪਾਉਂਡ ਕੀ ਚਿਕਨ ਲੈਗ ਵਿਦ ਸਕਿਨ, ਅੱਛਾ ਚਿਕਨ ਲੈਗ ਵਿਦ ਸਕਿਨ ਫੋਕੇ ਜੀ, ਫੋਕੇ ਜੀ 10 ਪਾਉਂਡ 10 ਪਾਉਂਡ ਹਾਂ ਜੀ, ਵਾਹ ਜੀ ਵਿਦਆਊਟ ਸਕਿਨ 3 ਕੇਜੀ 10 ਪਾਉਂਡ ਜੀ, ਵਿਦਆਊਟ ਸਕਿਨ 3 ਕੇਜੀ 10 ਪਾਉਂਡ ਮਾਸ਼ਾਅੱਲਾ, ਸਾਫ ਸੁਥਰੇ ਹੈ ਜੀ ਮਾਸ਼ਾਅੱਲਾ। ਚਿਕਨ ਥਾਈ ਚਿਕਨ 5 ਕਿਲੋ 2.5 ਪਾਉਂਡ, ਅੱਛਾ ਚਿਕਨ ਥਾਈ 5 ਕਿਲੋ ਜਾਂ 5.5 5 ਕਿਲੋ 5 ਕੇਜੀ 5 ਕੇਜੀ 5.5 ਪਾਉਂਡ ਦੀ 5 ਕੇਜੀ ਮਾਸ਼ਾਅੱਲਾ ਵਾਹ ਜੀ ਮਾਸ਼ਾਅੱਲਾ। ਅਗਾ ਚਿਕਨ ਮਸਾਲਾ ਜੀ ਤਾਂ ਅੱਛਾ, ਇਹ ਸਾਰੇ ਸੇਮ ਪ੍ਰਾਈਸ, ਅੱਛਾ ਇਹ ਸੇਮ ਪ੍ਰਾਈਸ ਹੈ ਜੀ 549 ਨੇ ਜੀ, ਅੱਛਾ ਇਹ ਹੈ ਜੀ ਚਿਕਨ ਬ੍ਰੈਸਟ ਜੀ 5 ਕਿਲੋ ਲੋਗੇ ਤੇ 2.5 ਪਾਉਂਡ। ਅੱਛਾ ਚਿਕਨ ਚਿਕਨ ਮਸਾਲਾ ਚਿਕਨ ਮਸਾਲਾ ਕੱਟਿਆ ਦਾ ਸਾਬਤ ਪਲਸ ਜੋ ਮਰਜ਼ੀ ਲੋਗੇ ਤੇ 2.5 ਪਾਉਂਡ ਨਾਲ 5 ਕਿਲੋ 2.5 ਪਾਉਂਡ ਨਾਲ 5 ਕਿਲੋ ਪੈਂਦਾ ਹੈ 2.5 ਕਿਲੋ ਤੇ ਜਨਾਬ ਜੇ 5 ਕਿਲੋ 322 ਪਾਉਂਡ ਜੀ 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 ਹੋਰ ਕੀ ਚਾਹੀਦਾ ਸਰ, ਪੂਰਾ ਸਾਲ ਮੁਕਣਾ ਹੀ ਨਹੀਂ। ਉਸ ਤੋਂ ਬਾਅਦ ਬੇਬੀ ਚਿਕਨ ਹੈ ਜੀ, ਕੋਈ ਇਸ ਇਲਾਕੇ ਵਿੱਚ ਇਸ ਰੇਟ ਤੇ ਨਹੀਂ ਦੇ ਰਿਹਾ ਜੀ, 49 ਜੀ 3 ਬੇਬੀ ਚਿਕਨ 849 849 3 ਬੇਬੀ ਚਿਕਨ ਜੀ ਕਿਤਨਾ ਨਹੀਂ 8.8 ਮੁਰਗੀ ਜਿਸ ਕੀ ਖਾਣੇ ਆ ਉਹ 10 ਪਾਉਣ ਵਾਲੀਆਂ 3 ਮਾਸ਼ਾਅੱਲਾ, 10 ਪਾਉਣ ਵਾਲੀਆਂ 3 ਮਾਸ਼ਾਅੱਲਾ, 10 ਪਾਉਣੇ 3 ਸ਼ੁਕਰੀਆ ਜੀ, ਸ਼ੁਕਰੀਆ ਇਨਸ਼ਾਅੱਲਾ। ਜਿੰਨੇ ਸਾਡੇ ਭੈਣਾਂ ਭਰਾ ਥੇ ਅੱਛੋ ਸਪੈਸ਼ਲ ਆਫਰ ਲੈਣੀ ਹੋ ਅੱਛੀਆਂ ਚੀਜ਼ਾਂ ਲੈਣੀਆਂ ਨੇ ਇਸਨੇ ਸਸਤੀ ਆਸਾ ਤਾਂ ਅਸ਼ਨੇ ਥਈ ਹਮੇ ਸ਼ਾਉਣ ਹੈ ਆਸਾ ਕਿੰਨੇ ਤਾਂ ਹੈ ਜੀ ਗੋਸ਼ਤ ਜੀ ਗੋਸ਼ਤ ਤਾਂ ਨਕਲ ਕਿੰਨੇ ਹੈ ਜੀ ਮਾਸ਼ਾਅੱਲਾ ਜ਼ਰੂਰ ਚੱਕਰ ਲਓ ਇਥੇ ਇਨਸ਼ਾਅੱਲਾ ਜੀ, ਥੈਂਕ ਯੂ ਜੀ ਭਾਈ ਜਨ। ਆਸਾ ਦੀ ਜਨਾਬੇ ਲਈ ਚਾਹ ਨਾਲ ਪੀਣੀ ਹੈ ਤੇ ਨਾਲ ਆਸਾ ਵੀ ਦਿਓ 3 ਬੇਬੀ ਚਿਕਨ ਦਿਓ ਆਸਾ ਜੀ ਤੇ 1 ਕਿਲੋ ਜਿਹੜਾ ਇਹ ਲੇਮ ਨਾ ਗੋਸ਼ਤ ਦਿਓ ਮਿਕਸ ਸਾਰੇ ਭਾਈ ਮਾਸ਼ਾਅੱਲਾ ਇਤਨੇ ਪਿਆਰੇ ਇਤਨੇ ਚੰਗੇ ਤੋਂ ਤੋਂ ਆਸਾ ਸ਼ਨੇ ਪਰ ਚਾਹ ਸਕਤੇ ਆ ਮਾਸ਼ਾਅੱਲਾ ਜੀ, ਬਹੁਤ ਸ਼ੁਕਰੀਆ ਜਨਾਬ। ਆਪਣੇ ਭਾਈ ਨੇ ਲਾਕਾ ਕਿਹੜਾ ਹੈ ਸਰ? ਮੇਰਾ ਪੀਰ ਮੈਂ ਉਹ ਕਿਹੜੀ ਸਾਈਡ ਦੀ ਹੈ? ਫੈਸਲਾਬਾਦ ਸੇ ਆਗੇ, ਫੈਸਲਾਬਾਦ ਸੇ ਆਗੇ, ਠੀਕ ਹੈ ਜੀ ਫੈਸਲਾਬਾਦ ਸਾਡਾ ਆਪਣਾ ਸ਼ਹਿਰ ਹੈ। ਸ਼ੁਕਰੀਆ ਜਨਾਬ ਜੀ, ਇਹ ਬਹੁਤ ਮਸਾਰੇ ਭਾਈ ਪਿਆਰੇ ਬਹੁਤ ਅੱਛੇ ਮਾਸ਼ਾਅੱਲਾ ਸਾਰੇ ਸਾਰੇ। ਅੱਛਾ ਭਾਈ ਦਾ ਜਿਹੜੀ ਚਾਹ ਬਣਾਈ ਨਾ ਮਾਸ਼ਾਅੱਲਾ ਬਹੁਤ ਪਿਆਰੀ ਹੈ, ਯਕੀਨ ਕਰੋ ਪਾਪਾ ਇਹ ਹੈ ਜੀ ਕੋਈ ਰੈਸਟੋਰੈਂਟ ਪਰ ਨਹੀਂ ਪੀਤੀ ਬਹੁਤ ਨਾ ਬਹੁਤ ਠੀਕ ਹੈ ਮਾਸ਼ਾਅੱਲਾ, ਵਿੱਚ ਲਾਚ ਦੇ ਜਨਾਬ ਦੇ ਸਹੀ ਸਹੀ ਮਜ਼ੇਦਾਰ ਮਾਸ਼ਾਅੱਲਾ ਸਹੀ ਮਜ਼ੇਦਾਰ। ਥੈਂਕ ਯੂ। ਇਹਦੇ ਲਗਾਵ ਜੀ ਸਨਫਲਾਵਰ ਆਇਲ 689 ਜੀ ਮਾਸ਼ਾਅੱਲਾ, ਅੰਡੇ ਲੱਗੇ ਹੋਏ 399 ਨੇ 30
ਅੱਛਾ 399 ਕਿਤਨੇ ਲੇਵੇ 3 ਤਾਂ ਮਾਸ਼ਾਅੱਲਾ ਸਾਰੇ ਪਿਆਰ ਭਰਾ ਬਹੁਤ ਚੰਗੇ ਬਹੁਤ ਹੀ ਪਿਆਰੇ ਵਿਮੀਸ ਫੂਡ ਸੀ ਤੁਸੀਂ ਸਾਰੇ ਅੱਛੇ ਤੁਸੀਂ ਕਿਤੇ ਹਾਲੀ ਸੌਦਾ ਨਹੀਂ ਸਸਤਾ ਮਿਲਣਾ ਪਿਆਰ ਤੇ ਮੁਹੱਬਤ ਮਿਲਸੀ ਤੱਕ ਅਸਾਂ ਅੰਦਰ ਦਾਖਲ ਹੀ ਹੋਣੇ ਤੇ ਸਸਤੇ ਚਾਹ ਪਹਿਲੇ ਤਿਆਰ ਕਰ ਪਹਿਲੋ ਠੀਕ ਹੈ ਦੀ ਗੱਲ ਹੈ ਜੀ ਤੱਕੋ ਜੀ ਨਾਲ ਬ੍ਰੈਡ ਵੀ ਲਗੀ ਵੀ ਜਨਾਬ 120 135 ਕਾਫੀ ਸਾਰੀਆਂ ਸਦਰ ਬ੍ਰੈਡ ਆਈਆਂ ਨੇ ਕੋਲ ਜੀ ਮਾਸ਼ਾਅੱਲਾ ਇੱਧਰ ਬਿਸਕਟ ਵਗੈਰਾ ਵੀ ਲੈ ਬ੍ਰੈਡ ਵੀ ਚਾਹੀਦੀ ਨਹੀਂ ਵੈਸੇ ਸੀ ਪਤਾ ਨਹੀਂ ਹੁੰਦੀ ਇਹ ਬ੍ਰੈਡ ਹੈ ਆ ਇਹ ਗੱਲ ਹੈ ਤਾਂ ਬਿਸਕਟ ਵਗੈਰਾ ਵੀ ਕਾਫੀ ਜੀ ਤੱਕ ਉਸ ਤਰ੍ਹਾਂ ਜਿਹੜੇ ਇਹਨਾਂ ਕੋਲ ਕਾਫੀ ਸਾਰੇ ਬਿਸਕਟ ਹੈ ਜੇ ਤੁਸੀਂ ਇਹਨਾਂ ਕੋਲ ਖੜੀ ਸਕਣੀ ਹੋ ਜੀ ਬਿਸਕਟ ਵਗੈਰਾ ਕੋਕੋਨਟ ਬਿਕਸ ਬਦਾਮਾਂ ਵਾਲੇ ਬਿਸਕਟ ਜੀ ਕਾਫੀ ਸਾਰੇ ਕੇਕ ਸ਼ੇਕ ਰਸ ਕੇਕ ਵਗੈਰਾ ਜਨਾਬ ਜਿਹੜਾ ਲਈਏ 299 ਹੈ ਤੱਕ ਅੱਛਾ ਚਾਹ ਟੇਸਟੀ ਹੈ ਸਹੀ ਗੱਲ ਵਾਹ ਜੀ ਵਾਹ ਇਹਨਾਂ ਕੋਲ ਜੀ ਤੱਕ 99 ਪੀਣ ਰੋਟੀਆਂ ਛੋਟੀਆਂ ਮਿਲਦੀਆਂ ਜੀ ਮਾਸ਼ਾਅੱਲਾ ਸਾਰੀ ਫੈਮਿਲੀ ਠੀਕ ਠਾਕ ਬਾਜੀ ਠੀਕ ਹੈ ਬਾਜੀ ਨੂੰ ਮਿਲਸਾਂ ਨਾ ਮੈਂ ਮਿਲਸਾਂ ਜੇ ਪੁੱਛੋ ਜੀ ਅਸਾਂ ਤਕਰੀਬਨ ਹਰ ਰੋਜ਼ ਨਹੀਂ ਮੈਂ ਕੰਮ ਖਤਮ ਕਰਨਾ ਨਾ ਜੀ ਅਸਾਂ YouTube ਜਜ਼ਾਕ ਅੱਲਾ ਫਾਜਲ ਬਹੁਤ ਬਹੁਤ ਸ਼ੁਕਰੀਆ ਅੱਲਾ ਪਾਸ ਵੀ ਕਰਦੇ ਆ ਥੰਬਸ ਅਪ ਵੀ ਮਾਸ਼ਾਅੱਲਾ ਕਿ ਇੱਕ ਕਿਸਮ ਦਾ ਦਿਲ ਲੱਗੀ ਹੋਈ ਹੈ ਚੈਨਲ ਨਾਲ ਜਜ਼ਾਕ ਅੱਲਾ ਮਾਰਾ ਭਰਾ ਬਹੁਤ ਬਹੁਤ ਸ਼ੁਕਰੀਆ ਜੀ ਪਿਆਰ ਮੁਹੱਬਤ ਜਿਹੜਾ ਕਰਦੇ ਹੋ ਸਾਰੀ ਫੈਮਿਲੀ ਹੋ ਸਾਰੇ ਜੀ ਫੈਮਿਲੀ ਹੈ ਜੀ ਤਾਂ ਇਹੀ ਹੋਣਾ ਜੀ ਜ਼ਿੰਦਗੀ ਨੂੰ ਇਨਸਾਨ ਨੂੰ ਕਿ ਪਤਾ ਨਹੀਂ ਹੋਣਾ ਇਹ ਜ਼ਿੰਦਗੀ ਪਿੱਛੇ ਇਨਸਾਨ ਯਾਦ ਕਰੀ ਕਰਦੀ ਸਹੀ ਜਿਹੜੀ ਅੱਛਾ اخلاق ਬਸ ਇਹ ਦੁਨੀਆ ਸਹੀ ਕੀ ਖਿਆਲ ਹੈ ਬਸ ਤੂੰ ਤੱਕਿਆ ਤਾਂ ਪਹਿਲੂ ਹੀ ਹੈ ਬੇ ਥੋੜਾ ਬਕਾਲਤਾ ਖਾਈ ਗਿਆ ਸਾਰੇ ਦੇਸੀ ਭਰਾ ਦਾ ਸ਼ੁਕਰੀਆ ਭਾਈ ਜੀ ਸ਼ੁਕਰੀਆ ਤਾਂ ਚਲੋ ਸਭ ਬਾਜੀ ਉਹਨਾਂ ਨਾਲ ਮਿਲੋ ਜੀ ਮੈਂ ਮਿਲਣੀ ਆ ਜੀ ਠੀਕ ਹੈ ਨਾ ਜੀ ਬਾਬਾ ਬਹੁਤ ਸ਼ੁਕਰੀਆ ਤੁਹਾਨੂੰ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਸ਼ੁਕਰੀਆ ਸ਼ੁਕਰੀਆ ਖੁਦਾ ਹਾਫਿਜ਼ ਅੱਛਾ ਜੀ ਘਰ ਵੀ ਜੁਸੇ ਹੀ ਉੱਥੇ ਰਹੇ ਸੀ ਆਪਣੇ ਵਿਮੀ ਜ਼ਰੇ ਸਾਂ ਆਪਣੇ ਪ੍ਰਾਂ ਪੇ ਨਾ ਕਰ ਵਾਹ ਜੀ ਵਾਹ ਅੱਛਾ ਇਹ ਚਿਲੀ ਤੇ ਗਾਰਲਿਕ ਸਵੀਟ ਐਂਡ ਸਪਾਈਸੀ ਨੇ 129 ਸਾਰੇ 129 ਇਹ ਚਿਲੀ ਹਟਨ ਸਪਾਈਸੀ ਹੈ ਸੇਮ ਪ੍ਰਾਈਸ ਹੀ ਸਾਰੇ ਹਨ ਮਾਸ਼ਾਅੱਲਾ ਇਹ ਸਵੀਟ ਚਿਲੀ ਹੈ ਇਹ ਵੈਰੀ ਵੈਰੀ ਲੈਮਨ ਐਂਡ ਲਾਈਮ ਹਰਬ ਸੌਰੀ ਠੀਕ ਹੈ ਇਹ ਯੋਗਰਟ ਐਂਡ ਮਿੰਟ ਠੀਕ ਹੈ ਔਰ ਇਹ ਬਰਗਰ ਸੌਸ ਹੈ ਬਰਗਰ ਸੌਸ ਹੈ ਬੜਾ ਨਾਈਸ ਹੈ ਜੀ ਮਾਸ਼ਾਅੱਲਾ ਬੜਾ ਨਾਈਸ ਹੈ ਇਹ ਉੱਪਰ ਤੋਂ ਕੋਈ ਕਿਹੜੀ
ਇਹ ਸਾਰੇ ਸੌਸ ਨਾ ਇਹ ਸਪੀਰਚਾ ਸੌਸ ਆ, ਮਿੰਟ ਸੌਸ ਆ, ਹੌਟ ਸੂਪ, ਗਾਰਲਿਕ ਜੀ ਜੀ ਠੀਕ ਹੈ ਜੀ। ਇਹ ਜੀ ਆਟਾ ਲਗਾ ਜੀ 20 ਪਾਉਂਡ ਆ, 25 ਕਿਲੋ ਵਾਲਾ ਠੀਕ ਹੈ, 1999 ਹੈ ਜੀ ਠੀਕ ਹੈ ਜੀ। ਅਤੇ ਇੱਧਰ ਵਗੈਰਾ ਚਿੱਲੀ ਸੌਸ ਵਗੈਰਾ ਸਾਰੇ ਲਏ ਮਹਿੰਗੀ ਤੱਕੋ ਜਿਹੜਾ ਨਾ। ਅੱਛਾ ਇਹ ਹੈ ਜੀ ਮਕਈ ਆਟਾ ਤੱਕੋ 69 ਪੀਨ ਇੱਥੇ ਲਗਾ ਬਣੇ ਜੀ ਮਕਈ ਆਟਾ। ਇਹ ਨੀਚੇ ਹੈ ਜੀ ਜਿਹੜਾ ਨਾ ਫਲਾਵਰ ਵਗੈਰਾ ਇਹ ਵੀ ਹੈ ਜੀ। ਅੱਛਾ ਜੀ ਹੁਣ ਦੱਸੋ ਜੀ ਜੇ ਸੂਜੀ ਕੁਦਰ ਹੈ, ਸੂਜੀ ਹੈ, ਅੱਛਾ ਇਹ ਮੋਟੀ ਸੂਜੀ ਹੈ ਤੋ ਕੋਨ, ਇਹ ਮੋਟੀ ਸੂਜੀ ਹੈ, ਇਹ ਪਤਲੀ ਹੈ, ਇਹ ਇਹ ਨਾਈਸ ਸੂਜੀ ਜਿਹੜੀ ਪਤਲੀ ਸੂਜੀ ਹੈ 99 ਪੀਣੀ ਸੂਜੀ ਹੈ ਜੀ ਜੀ। ਕਿੰਜੂ ਨਾ ਆਈ ਕਿੰਜੂ ਲਾਲ ਵਗਰਾ ਬਣਾਉਣਾ ਫਿਰ ਕਿੰਨਾ ਹੈ ਵਾਲੀ ਇਹ ਚਾਹੀ ਕਿੰਨੀ ਸੇਮੀਆਂ ਦੋਏ ਸੂਜੀਆਂ ਵਗੈਰਾ ਲਈਆਂ ਮਨੇ ਜੀ। ਇਹ ਕਿਹੜੀ ਚੀਜ਼ ਹੈ ਜੀ? ਇਹ ਡਿਸਕੇਟਿਡ ਕੋਕੋਨਟ ਹੈ, ਕੋਕੋਨਟ ਕੈਚਪ ਵਗੈਰਾ ਲਏ ਬਣੇ ਜੀ 299 3 ਪਾਉਂਡ ਨੇ ਵੀ ਆਏ ਜੀ। ਸੌਸ ਵਗੈਰਾ ਕਾਫੀ ਵਰਾਇਟੀਆਂ ਇਹਨਾਂ ਦੇ ਇਹਨਾਂ ਕੋਲ ਇੱਧਰ ਚਾਰ ਵਗੈਰਾ ਲਏ ਮੈਨੂੰ ਜੀ ਤੱਕੋ ਨਾ ਜਿਹੜਾ ਛੋਟੇ। ਅੱਛਾ ਕਿਹੜੀ ਚੀਜ਼? ਮੰਗੋ ਲੱਸੀ, ਮੰਗੋ ਲੱਸੀ ਲੱਗੀ। ਕੀ ਕਰ ਸੇ ਸੀ ਫਿਰ ਗਲਾ ਖਰਾਬ ਹੋਣ ਪੀਤੀ ਹੈ ਹਾਲਾ। ਚਲੋ ਇਹਦੇ ਸਸੂ ਨਾ ਸਾਗ ਜੀ ਤੱਕੋ ਜਿਹੜਾ ਨਾ ਲਗਾ ਵਾ ਇਹ ਵੀ ਸੰਗੀ ਇਨਸ਼ਾਅੱਲਾ ਤੁਹਾਨੂੰ ਲੱਭ ਸੀ ਜੀ ਤੱਕੋ ਮਾਸ਼ਾਅੱਲਾ। ਅੱਛਾ ਡਿਊਸਬਰੀ ਲਿਸੋ ਜਿਹੜੇ ਸਾਡੇ ਭੈਣਾਂ ਭਰਾ ਇਸੇ ਮਿਲੇ ਸਾਰੀ ਬੜੀ ਪਿਆਰੀ ਸਿਸਟਰ ਹੈ ਪਰੇ ਪਿਆਰੇ ਭਰਾ ਡਿਊਸਬਰੀ ਸੋ ਮਾਸ਼ਾਅੱਲਾ ਉਹ ਵੀ ਵੀਡੀਓ ਤੱਕੀ ਤਸ਼ਨੇ ਸਾਰੇ ਸ਼ੌਪਸ ਉੱਪਰ ਜੀ ਜੀ ਅਲਹਮਦੁਲਿਲਾ ਬਹੁਤ ਬਹੁਤ ਹੀ ਪਿਆਰੇ ਮਾਸ਼ਾਅੱਲਾ। ਉੱਪਰ ਵੀ ਚਾਰ ਲਾ ਆਪਣੇ ਜੀ ਮਿਕਸ ਅਚਾਰ ਸਾਰਾ ਜੀ ਕਾਫੀ ਸਾਰੀ ਵੈਰਾਈਟੀ ਇਹਨਾਂ ਕੋਲ ਚਾਰ ਨੀਵੀਂ ਜਿਹੜਾ ਨੂੰ ਉਹ ਵੀ ਤੁਸੀਂ ਖੜੀ ਸਕਦੇ ਹੋ। ਅੱਛਾ ਇਹ ਮਾਸ਼ਾਅੱਲਾ ਵੈਸੇ 249 ਹੀ ਚੀ ਲੇਕਿਨ 2 ਕਿਸੋ 2 ਫੋਰ ਪਾਉਂਡ ਫਿਰ ਤਾਂ ਚੀਪ ਹੀ ਹੋਣਾ ਜੀ ਲੱਸੀ ਮੈਂਗੋ ਲੱਸੀ ਖੋਲੀ ਪੀ ਲਓ ਫਿਰ। ਇੱਧਰ ਫਰੂਟ ਵਗੈਰਾ ਵੀ ਲਏ ਜੀ ਕੇਵੀ ਫੂਡ 120 ਨੇ ਫਗਵਾੜੇ ਲਏ ਵੇ ਜੀ ਔਰੇਂਜ ਲਏ ਵੇ ਜੀ ਅਸਲ ਚੀਜ਼ ਕਮਾਦ ਜੀ ਵਾਹ ਜੀ ਵਾਹ ਬੜੀ ਸੋਹਣੀ ਚੀਜ਼ ਲਈ ਮੈਨੇ ਜੀ 199 ਇੱਕ ਜੀ ਭਾਈ ਜਾਨ ਟਾਇਲਟ ਪੇਪਰ ਕਿਤਨੀਆਂ ਨੇ? ਇਹ 649 ਈਚ। ਅੱਛਾ ਦੋ ਲੋ ਤੋਂ 12 ਪਾਉਂਡ ਨੇ ਇਹਨਾਂ ਨੇ ਅੰਦਰ ਕਿਤਨੇ 36 ਵਾਹ ਜੀ ਵਾਹ ਬਿਲਕੁਲ ਸਸਤੇ ਨਾ ਜੀ ਹੈ ਜੀ। ਇਹ ਟਾਇਲਟ ਪੇਪਰ ਤਾਂ ਸਾਡੇ ਪਾਸ ਬੜੇ ਮਹਿੰਗੇ ਨੇ ਯਕੀਨ ਕਰੋ ਇੱਕ ਬੰਡਲ 8 ਪਾਉਂਡ ਨਾਲ ਦੇਣੇ ਉਧਰ BD3 ਚ। ਥੈਂਕ ਯੂ ਜਨਾਬ, ਬਹੁਤ ਸ਼ੁਕਰੀਆ ਤੁਸਾਂ ਤਾਂ ਬਹੁਤ ਮਿਹਰਬਾਨੀ ਜਨਾਬ। ਬਿਲਕੁਲ ਜੀ ਅਸਾਂ ਵਿਮੀ ਚ ਸੌਦਾ ਸੌਦਾ ਚਾਹੀਦਾ ਸਾਰਾ ਮਾਸ਼ਾਅੱਲਾ। ਜਿਹੜੇ ਸਾਡੇ ਬੋਸ ਹੈ ਇੱਥੇ ਦੇ ਮਾਲਕ ਅਸਾਂ ਕੀ ਐਂਡ ਪਰ ਮਿਲੇ ਜੀ ਜਨਾਬੇ ਲਈ ਤਾਂ ਮਾਸ਼ਾਅੱਲਾ ਬਹੁਤ ਹੀ ਅੱਛੇ ਸਾਡੇ ਪਿਆਰੇ ਭਾਈ ਜਨਾਬ। ਤੋ ਆਹਣੇ ਜੇ ਤੁਸਾਂ ਗੱਡੀ ਕਾਰ ਪਾਰਕ ਚ ਖਿਲਾਉਣੇ ਹੋ ਨਾ ਤਾਂ ਅਸਾਂ ਚਾਹ ਨਾਲ ਆਰਡਰ ਪਹਿਲੇ ਚਾਹੀਦੇ ਨੇ। ਸਾਰੇ ਜ਼ਰੂਰ ਚੱਕਰ ਮਾਰੋ ਜਿਤਨੇ ਸਾਡੇ ਭੈਣਾਂ ਭਰਾ ਸਾਡੇ ਚੈਨਲ ਪਰ ਥੇ ਤੁਸੀਂ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਪਿਆਰ ਨਾਲ ਮੁਹੱਬਤ ਨਾਲ ਸਪੋਰਟ ਨਾਲ
ਅੱਜ ਦੀ ਵੀਡੀਓ ਅਸੀਂ ਇੱਥੇ ਖਤਮ ਕਰਨੇ ਆ ਜੀ। ਐਵੇਂ ਜ਼ਰੂਰ ਆਸਾ ਬਿਮੀ ਫੂਡ ਜ਼ਰੂਰ ਅੱਛਾ ਕਰੋ, ਜ਼ਰੂਰ ਅੱਛਾ ਕਰੋ। ਸਾਰੀ ਪਿਆਰੀ ਭੈਣ ਤੇ ਪਿਆਰੇ ਭਰਾ ਜਿਹੜੇ ਸੀ ਜੂਸਪ੍ਰੀਤ, ਉਹ ਵੀ ਐਸੇ ਤੁਸੀਂ ਗੱਲਾਂ ਕਰਨ ਵਿੱਚ ਪਾਈ ਰਹੇ। ਜੀ 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 ਜੀ। ਤਾਂ ਆਨਸੇ ਮੈਂ ਵੀ ਗੋਸ਼ਤ ਚੂਜ਼ੇ ਜੋਲੇ ਮਾਸ਼ਾਅੱਲਾ, ਤਾਂ ਅੱਲਾਹ ਪਾਕ ਸਾਰੇ ਭੈਣਾਂ ਭਰਾ ਦੀ ਰੋਜ਼ੀਆਂ 'ਚ ਬਰਕਤ ਦੇ, ਜਿਤਨੇ ਸਾਰੇ ਭੈਣਾਂ ਭਰਾ ਹੈ ਤਾਂ ਅੱਲਾਹ ਪਾਕ ਸਾਰੇ ਭਰਾ ਜਿਹੜੇ ਬੀਮੀ ਫੂਡਸ ਹੈ ਇਹਨਾਂ ਦੀ ਰੋਜ਼ੀ 'ਚ ਅੱਲਾਹ ਪਾਕ ਬਹੁਤ ਸਾਰੀ ਬਰਕਤ ਦੇ। ਆਸਾਂ ਕਿ ਇਤਨੀ ਇੱਜ਼ਤ, ਇਤਨਾ ਪਿਆਰ, ਇਤਨੀ ਮਤਲਬ ਮੁਹੱਬਤ ਕਰਨੇ ਕਿ ਆਸਾਂ ਅੰਦਰ ਜੇ ਬਣਨੇ ਹੀ ਨਾ, ਤਾਂ ਉਹ ਪਹਿਲਾਂ ਆਸਾਂ ਵਾਸਤੇ ਚਾਹ ਬਣਵਾਉਣੇ ਮਾਸ਼ਾਅੱਲਾ ਅਲਹਮਦੁਲਿਲਾ। ਔਰ ਉਹ ਜਿਹੜੇ ਪਾਏ ਆਸਾਂ ਸੌਦਾ ਰੱਖਣ, ਮੈਂ ਪਾਈ ਤਾਂ ਸਰ ਗੱਡੀ ਸਿਆਣੀ ਕਹਿੰਦੀ ਆ, ਆਸਾਂ ਸਾਡੇ ਜਿਤਨੇ ਸਾਡੇ ਭੈਣਾਂ ਭਰਾ ਥੇ ਸਾਡੇ ਚੈਨਲ, ਸਾਡੇ ਚੈਨਲ ਉੱਪਰ ਔਰ ਜਿਸ ਕੰਟਰੀ 'ਚ, ਬਹੁਤ ਬਹੁਤ ਸ਼ੁਕਰੀਆ ਜਨਾਬ, ਬਹੁਤ ਸ਼ੁਕਰੀਆ ਤੁਸੀਂ ਜੀ। ਤੇ ਮਿਲਸਾਂ ਅਸਾਂ ਹੁਣ ਨੈਕਸਟ ਵਲੋਗ ਜੀ, ਤੇ ਅੱਲਾਹ ਦੀ ਤਰਫੋਂ ਖੈਰ ਹੋਣੀ ਚਾਹੀਦੀ। ਆਪਣਾ ਬਜ਼ੁਰਗਾਂ ਬੱਚਿਆਂ ਦਾ ਖਿਆਲ ਰੱਖਿਆ ਹੈ ਜੀ, ਤੇ ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਪਿਆਰਾ ਕਸ਼ਮੀਰ ਜ਼ਿੰਦਾਬਾਦ, ਪਿਆਰੇ ਭੈਣਾਂ ਭਰਾ, ਬਜ਼ੁਰਗ ਬੱਚੇ ਬੱਚੀਆਂ ਜ਼ਿੰਦਾਬਾਦ। ਅੱਲਾਹ ਹਾਫਿਜ਼, ਅੱਲਾਹ ਹਾਫਿਜ਼।